ਬਾਈ, ਕੇਂਦਰ ਸਰਕਾਰ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਡਿਕਲੇਅਰ ਕੀਤਾ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਾਂ, ਮੈਨੂੰ ਵੀ ਘੰਟਾ ਕੁ ਪਹਿਲਾਂ ਪਤਾ ਲੱਗਿਆ। ਵਧੀਆ ਗੱਲ ਹੈ, ਹੋਮ ਮਿਨਿਸਟਰੀ ਵੱਲੋਂ ਮੈਂ ਉਹਨਾਂ ਦਾ ਪੱਤਰ ਵੀ ਪੜ੍ਹਿਆ ਵੀ ਪਹਿਲਾਂ ਇਹਨੂੰ ਰੈੱਡ ਕੋਰਨਰ ਜਾਰੀ ਕੀਤਾ ਸੀ ਇਹਦਾ, ਅਤੇ ਉਸ ਤੋਂ ਬਾਅਦ ਹੁਣ ਇਹਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ। ਪਰ ਉਹਨਾਂ ਤੋਂ ਮੈਂ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਘੱਟੋ ਘੱਟ ਜਾਂ ਤਾਂ ਇਹਨੂੰ ਇਹਦੀ ਐਕਸਟ੍ਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ, ਨਹੀਂ ਇਕੱਲੇ ਸਰਟੀਫਿਕੇਟ ਦੇਣ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ। ਜੇ ਇਹਦੀ ਇੰਡੀਆ ਵਾਪਸੀ ਹੁੰਦੀ ਹੈ ਫਿਰ ਹੀ ਕੇਸ ਦਾ ਕੁਛ ਨਾ ਕੁਛ ਮੂਸਰ ਬਣ ਸਕਦਾ ਅੱਗੇ ਦੀ ਅੱਗੇ, ਤਾਂ ਇਕੱਲੇ ਸਰਟੀਫਿਕੇਟ ਨਾ ਜਾਰੀ ਕੀਤੇ ਜਾਣ। ਮੇਰੀ ਸਰਕਾਰ ਨੂੰ ਬੇਨਤੀ ਹੈ ਇਹ 'ਤੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਵਾਪਸ ਇੰਡੀਆ ਲਿਆਂਦਾ ਜਾਵੇ। ਕੀ ਲੱਗਦਾ, ਜਿਵੇਂ CM ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾੜ ਨੂੰ ਲਿਆਂਦਾ ਜਾਏਗਾ, ਤਾਂ ਹੁਣ ਇੱਕ ਅੱਤਵਾਦੀ ਵਾਸਤੇ ਲੱਗਦਾ ਕੁਛ ਇਹਦੇ 'ਤੇ? ਇਸੇ ਕਰਕੇ ਤਾਂ ਬੇਟਾ ਬੇਭਰੋਸਗੀ ਜਿਹੜੀ ਗੱਲ ਹੈ, ਹੈ ਨਾ। ਪਹਿਲਾਂ CM ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਉਹਨੂੰ ਫੜ ਲਿਆ ਜੀ, ਜਲਦੀ ਇੰਡੀਆ ਲੈ ਕੇ ਆਵਾਂਗੇ, ਪਰੰਤੂ ਉਸ ਤੋਂ ਬਾਅਦ ਕੁਛ ਵੀ ਨਹੀਂ ਹੋਇਆ। ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅੱਗੇ ਨਹੀਂ ਵਧਿਆ ਗਿਆ ਉਸ ਮਾਮਲੇ ਦੇ ਵਿੱਚ, ਤਾਂ ਪਰ ਇਸੇ ਕਰਕੇ ਨਿਰਾਸ਼ ਜਿਹੇ ਹੋ ਜਾਂਦੇ ਆ ਵੀ ਕੀ ਪਤਾ ਇਹ ਇਕੱਲੇ ਐਲਾਨ ਹੀ ਨਾ ਰਹਿ ਜਾਣ, ਕੋਈ ਇਹ 'ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ, ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਿਹਾ ਬਣ ਗਿਆ। ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹਿ ਗਿਆ, ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਹੁਣ ਹੋ ਜਾਣਾ ਸੀ ਇਹ, ਤਾਂ ਇਹਦੇ 'ਚ ਹੋਰ ਭੂਮਿਕਾਵਾਂ ਨੇ, ਜਾਂ ਤਾਂ ਇਸੇ ਕਰਕੇ ਗੌਰਮੈਂਟ ਦੀ ਮਜਬੂਰੀ ਬਣੀ ਪਈ ਆ, ਉੱਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ। ਚਲੋ ਵਾਹਿਗੁਰੂ ਭੱਲੇ ਕਰੂਗਾ, ਕਦੇ ਨਾ ਕਦੇ ਤਾਂ ਆਉਣਗੇ ਰਸਤੇ ਦੇ ਉੱਤੇ। ਬਾਈ, ਕੇਂਦਰ ਸਰਕਾਰ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਡਿਕਲੇਅਰ ਕੀਤਾ, ਕਿਸ ਤਰ੍ਹਾਂ ਦੇਖਦੇ ਤੁਸੀਂ? ਹਾਂ, ਮੈਨੂੰ ਵੀ ਘੰਟਾ ਕੁ ਪਹਿਲਾਂ ਪਤਾ ਲੱਗਿਆ। ਵਧੀਆ ਗੱਲ ਹੈ, ਹੋਮ ਮਿਨਿਸਟਰੀ ਵੱਲੋਂ ਮੈਂ ਉਹਨਾਂ ਦਾ ਪੱਤਰ ਵੀ ਪੜ੍ਹਿਆ ਵੀ ਪਹਿਲਾਂ ਇਹਨੂੰ ਰੈੱਡ ਕੋਰਨਰ ਜਾਰੀ ਕੀਤਾ ਸੀ ਇਹਦਾ, ਅਤੇ ਉਸ ਤੋਂ ਬਾਅਦ ਹੁਣ ਇਹਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ। ਪਰ ਉਹਨਾਂ ਤੋਂ ਮੈਂ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਘੱਟੋ ਘੱਟ ਜਾਂ ਤਾਂ ਇਹਨੂੰ ਇਹਦੀ ਐਕਸਟ੍ਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ, ਨਹੀਂ ਇਕੱਲੇ ਸਰਟੀਫਿਕੇਟ ਦੇਣ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ। ਜੇ ਇਹਦੀ ਇੰਡੀਆ ਵਾਪਸੀ ਹੁੰਦੀ ਹੈ ਫਿਰ ਹੀ ਕੇਸ ਦਾ ਕੁਛ ਨਾ ਕੁਛ ਮੂਸਰ ਬਣ ਸਕਦਾ ਅੱਗੇ ਦੀ ਅੱਗੇ, ਤਾਂ ਇਕੱਲੇ ਸਰਟੀਫਿਕੇਟ ਨਾ ਜਾਰੀ ਕੀਤੇ ਜਾਣ। ਮੇਰੀ ਸਰਕਾਰ ਨੂੰ ਬੇਨਤੀ ਹੈ ਇਹ 'ਤੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਵਾਪਸ ਇੰਡੀਆ ਲਿਆਂਦਾ ਜਾਵੇ। ਕੀ ਲੱਗਦਾ, ਜਿਵੇਂ CM ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾੜ ਨੂੰ ਲਿਆਂਦਾ ਜਾਏਗਾ, ਤਾਂ ਹੁਣ ਇੱਕ ਅੱਤਵਾਦੀ ਵਾਸਤੇ ਲੱਗਦਾ ਕੁਛ ਇਹਦੇ 'ਤੇ? ਇਸੇ ਕਰਕੇ ਤਾਂ ਬੇਟਾ ਬੇਭਰੋਸਗੀ ਜਿਹੜੀ ਗੱਲ ਹੈ, ਹੈ ਨਾ। ਪਹਿਲਾਂ CM ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਉਹਨੂੰ ਫੜ ਲਿਆ ਜੀ, ਜਲਦੀ ਇੰਡੀਆ ਲੈ ਕੇ ਆਵਾਂਗੇ, ਪਰੰਤੂ ਉਸ ਤੋਂ ਬਾਅਦ ਕੁਛ ਵੀ ਨਹੀਂ ਹੋਇਆ। ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅੱਗੇ ਨਹੀਂ ਵਧਿਆ ਗਿਆ ਉਸ ਮਾਮਲੇ ਦੇ ਵਿੱਚ, ਤਾਂ ਪਰ ਇਸੇ ਕਰਕੇ ਨਿਰਾਸ਼ ਜਿਹੇ ਹੋ ਜਾਂਦੇ ਆ ਵੀ ਕੀ ਪਤਾ ਇਹ ਇਕੱਲੇ ਐਲਾਨ ਹੀ ਨਾ ਰਹਿ ਜਾਣ, ਕੋਈ ਇਹ 'ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ, ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਿਹਾ ਬਣ ਗਿਆ। ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹਿ ਗਿਆ, ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਹੁਣ ਹੋ ਜਾਣਾ ਸੀ ਇਹ, ਤਾਂ ਇਹਦੇ 'ਚ ਹੋਰ ਭੂਮਿਕਾਵਾਂ ਨੇ, ਜਾਂ ਤਾਂ ਇਸੇ ਕਰਕੇ ਗੌਰਮੈਂਟ ਦੀ ਮਜਬੂਰੀ ਬਣੀ ਪਈ ਆ, ਉੱਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ। ਚਲੋ ਵਾਹਿਗੁਰੂ ਭੱਲੇ ਕਰੂਗਾ, ਕਦੇ ਨਾ ਕਦੇ ਤਾਂ ਆਉਣਗੇ ਰਸਤੇ ਦੇ ਉੱਤੇ।